ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਪੁਯੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਦੇ। ਗੁਰੂ ਪਿਆਰਿਓ, ਗੁਰੂ ਸਵਾਰਿਓ, ਅੱਜ ਆਪਾਂ ਇੱਕ ਖਾਸ ਬੇਨਤੀ ਨੂੰ ਸਮਝਾਂਗੇ। ਸਭ ਤੋਂ ਪਹਿਲੇ ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਾਰ ਸੰਗਤ ਜਿਹੜੇ ਵੀਰ ਭੈਣ ਚੈਨਲ 'ਤੇ ਨਵੇਂ ਨੇ, ਸਾਰਿਆਂ ਦਾ ਧੰਨਵਾਦ। ਗੁਰਮੁਖ ਪਿਆਰਿਓ, ਦਰਬਾਰ ਸਾਹਿਬ ਹੋਈ ਬੇਅਦਬੀ ਦਾ ਅਸਲ ਸੱਚ ਜ਼ਰੂਰ ਸੁਣ ਲਿਓ। ਆਓ ਆਪਾਂ ਬੇਨਤੀਆਂ ਪ੍ਰਾਰੰਭ ਕਰੀਏ ਜੀ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ੍ਹ ਜਿਹੜੀ ਸ਼ਾਮਾਂ ਦੇ ਵਕਤ ਜਦੋਂ ਕਿ ਰਹਿਰਾਜ ਸਾਹਿਬ ਦੇ ਪਾਠ ਹੋ ਰਹੇ ਸੀ, ਉਸ ਵੇਲੇ ਇੱਕ ਜਿਹੜਾ ਵਿਅਕਤੀ ਹੈ ਉਹ ਦਰਬਾਰ ਸਾਹਿਬ ਬੇਅਦਬੀ ਕਰਨ ਦੀ ਮਨਸ਼ਾ ਨੂੰ ਲੈ ਕੇ ਆਇਆ ਹੈ। ਗੁਰਮੁਖ ਪਿਆਰਿਓ, ਉਹਦੀ ਵੀਡੀਓ ਵੀ ਬਹੁਤ ਬੇਹੱਦ ਜਿਹੜੀ ਹੈ ਵਾਇਰਲ ਹੋਈ ਹੈ। ਵੀਡੀਓ ਵੀ ਤੁਸੀਂ ਸਾਰਿਆਂ ਨੇ ਤਕਰੀਬਨ ਦੇਖ ਹੀ ਲਈ ਹੋਣੀ ਹੈ। ਗੁਰੂ ਪਿਆਰਿਓ, ਜਿਹੜੀ ਬੇਨਤੀ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਨਾ, ਉਹ ਇਹ ਵੇ ਕਿ ਗੁਰੂ ਪਿਆਰਿਓ, ਆਪਾਂ ਜਿਹੜੀ ਇਹ ਚੀਜ਼ ਹੈ ਇਹ ਸਮਝਣੀ ਹੈ ਸਾਧ ਸੰਗਤ ਕਿ ਬੇਅਦਬੀਆਂ ਦਰਅਸਲ ਕਿਉਂ ਹੋ ਰਹੀਆਂ ਨੇ, ਬੇਅਦਬੀਆਂ ਦਾ ਸਿਲਸਿਲਾ ਜਿਹੜਾ ਹੁਣ ਕਿਉਂ ਵਧਿਆ ਹੈ, ਬੇਅਦਬੀਆਂ ਜਿਹੜੀਆਂ ਨੇ ਕਿਉਂ ਇੰਨਾ ਜ਼ੋਰ ਫੜ ਰਹੀਆਂ ਨੇ। 2015 ਤੋਂ ਲੈ ਕੇ ਜਦੋਂ ਤੋਂ ਬਾਈਬਲ ਕਲਾਂ ਅਤੇ ਬਰਗਾੜੀ ਦਾ ਬੁਰਜ ਜਵਾਹਰ ਸਿੰਘ ਵਾਲਾ ਵਰਗੇ ਕਾਂਡ ਹੁੰਦੇ ਨੇ ਅਤੇ ਉਸ ਤੋਂ ਬਾਅਦ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਿਆਰਿਓ। ਇਹਦਾ ਸਿਰਫ ਅਤੇ ਸਿਰਫ ਇੱਕੋ ਇੱਕ ਨਿਸ਼ਾਨਾ ਹੈ, ਇੱਕੋ ਇੱਕ ਮਕਸਦ ਇਹਨਾਂ ਲੋਕਾਂ ਦਾ ਹੈ ਕਿ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਅਸੀਂ ਆਪਣੀ ਸੱਤਾ ਜਿਹੜੀ ਹੈ ਉਹ ਕਾਇਮ ਕਰ ਲਈਏ। ਪਰ ਇਹ ਲੋਕ ਸ਼ਾਇਦ ਇਹ ਭੁੱਲ ਜਾਂਦੇ ਨੇ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਸਾਡੀ ਜਿਹੜੀ ਸੱਤਾ ਕਦੇ ਵੀ ਕਾਇਮ ਨਹੀਂ ਹੋ ਸਕਦੀ। ਦੀਨ ਦੁਨੀਆ ਦੇ ਪਾਤਸ਼ਾਹ ਦੀ ਬੇਅਦਬੀ ਕਰਵਾ ਕੇ ਅਸੀਂ ਆਪਣੀ ਰਾਜ ਸੱਤਾ ਕਾਇਮ ਕਰ ਲਈਏ, ਇਹ ਕਦੇ ਵੀ ਨਹੀਂ ਹੋ ਸਕਦਾ ਪਿਆਰਿਓ। ਚਲੋ, ਜਿਹੜੀ ਅਸਲ ਘਟਨਾ ਹੈ ਦਰਬਾਰ ਸਾਹਿਬ ਹੋਈ ਬੇਅਦਬੀ ਦੀ, ਉਹਨੂੰ ਆਪਾਂ ਥੋੜ੍ਹਾ ਜਿਹਾ ਨੇੜਿਓਂ ਵਾਚ ਲਈਏ। ਗੁਰਮੁਖੋ, ਤੁਸੀਂ ਸਾਰਿਆਂ ਨੇ ਤਕਰੀਬਨ ਵੀਡੀਓ ਜਿਹੜੀ ਹੈ ਦੇਖੀ ਹੈ, ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਗੁੰਜਾਇਸ਼ ਜਿਹੜੀ ਹੈ ਸ਼ੱਕ ਦੀ ਉਹ ਨਹੀਂ ਰਹਿ ਜਾਂਦੀ। ਸੱਚਖੰਡ ਹਰਿਮੰਦਰ ਸਾਹਿਬ ਵਿਖੇ ਇੱਕ ਮੰਦਭਾਗੀ ਘਟਨਾ ਜਿਹੜੀ ਹੈ, ਨਿੰਦਣ ਜੋ ਘਟਨਾ ਹੋਈ ਹੈ, ਇੱਕ ਵਿਅਕਤੀ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਦੋਸ਼ੀ ਨੂੰ ਕੁੱਟ ਕੁੱਟ ਕੇ ਮਾਰੇ ਜਾਣ ਦੀ ਵੀ ਖਬਰ ਮਿਲੀ ਹੈ। ਹਾਲਾਂਕਿ ਉਹ ਵੀਡੀਓ ਵੀ ਸਾਹਮਣੇ ਆ ਗਈ ਕਿ ਉਹਦੀ ਜਿਹੜੀ ਹੈ ਕੁੱਟਮਾਰ ਦੇ ਦੌਰਾਨ ਉਹਦੀ ਮੌਤ ਹੋ ਜਾਂਦੀ ਹੈ। ਜਾਣਕਾਰੀ ਆਪਾਂ ਨੂੰ ਪੁਖਤਾ ਹੈ ਅਤੇ ਇਹ ਘਟਨਾ ਸ਼ਾਮ ਨੂੰ 6 ਵਜੇ ਦੇ ਤਕਰੀਬ ਹੁੰਦੀ ਹੈ, ਜਦੋਂ ਰਹਿਰਾਜ ਸਾਹਿਬ ਦਾ ਪਾਠ ਚੱਲ ਰਿਹਾ ਸੀ। ਗੁਰਮੁਖ ਪਿਆਰਿਓ, ਜਦੋਂ ਕਿ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੁਸ਼ੋਭਿਤ ਨੇ, ਉਸ ਥਾਂ 'ਤੇ ਜਦੋਂ ਉਹ ਡੰਗਲਾ ਜਿਹੜਾ ਜੰਗਲਾ ਟੱਪ ਕੇ ਜਿਹੜਾ ਜਾਣ ਲੱਗਿਆ,
ਉਸਨੇ ਰੁਮਾਲਾ ਸਾਹਿਬ 'ਤੇ ਪੈਰ ਰੱਖ ਦਿੱਤਾ। ਦੇਖੋ ਇਦੋਂ ਵੱਡੀ ਬੇਅਦਬੀ ਨਹੀਂ ਹੋ ਸਕਦੀ। ਹਾਲਾਂਕਿ ਉਹ ਹਜ਼ੂਰੀ ਸਿੰਘਾਂ ਨੇ ਕਾਬੂ ਕਰ ਲਿਆ, ਜੇ ਕਿਤੇ ਉਹ ਗੁਰੂ ਮਹਾਰਾਜ ਦੇ ਲੱਤ ਤੱਕ ਮਾਰ ਦਿੰਦਾ ਤਾਂ ਸਾਡਾ ਤਾਂ ਮਰਨ ਹੋ ਜਾਣਾ ਸੀ। ਅਤੇ ਰੁਮਾਲਾ ਸਾਹਿਬ 'ਤੇ ਪੈਰ ਰੱਖਿਆ, ਹਾਲਾਂਕਿ ਬੇਅਦਬੀ ਹੈ ਅਤੇ ਬੇਅਦਬੀ ਕਰਨ ਦੀ ਮਨਸ਼ਾ ਦੇ ਨਾਲ ਆਇਆ। ਸਭ ਤੋਂ ਵੱਡੀ ਗੱਲ ਇਹ ਵੇ ਅਤੇ ਉਹਦਾ ਹਸ਼ਰ ਇਹੋ ਹੋਣਾ ਚਾਹੀਦਾ ਸੀ। ਅਤੇ ਪਰ ਉਸਨੂੰ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਤੋਂ ਪਹਿਲਾਂ ਹੀ ਮੌਕੇ 'ਤੇ ਹੀ ਹਜ਼ੂਰੀ ਸਿੰਘਾਂ ਨੇ ਜਿਹੜਾ ਕਾਬੂ ਕਰ ਲਿਆ। ਬਹੁਤ ਵਧੀਆ ਕੀਤਾ ਗਿਆ। ਇਸ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਮੌਜੂਦਾ ਸ਼ਰਧਾਲੂ ਬੜੇ ਰੋਸ ਵਿੱਚ ਨੇ। ਹਾਲਾਂਕਿ ਉਹ ਵੀਡੀਓ ਵੀ ਤੁਸੀਂ ਸਾਰਿਆਂ ਨੇ ਵੇਖੀਆਂ ਹੋਣੀਆਂ ਨੇ। ਹਾਲੇ ਤੱਕ ਵੀ ਇਹ ਜਿਹੜਾ ਮਸਲਾ ਹੈ ਉਹ ਠੰਡਾ ਨਹੀਂ ਹੋ ਰਿਹਾ। ਜਿਸ ਤੋਂ ਬਾਅਦ ਦੋਸ਼ੀ ਨੂੰ ਖੂਬ ਕੁੱਟਿਆ ਵੀ ਗਿਆ, ਉਹਦੀ ਕੁੱਟਮਾਰ ਵੀ ਕੀਤੀ ਗਈ ਅਤੇ ਬਾਅਦ ਵਿੱਚ ਉਹਦੀ ਮੌਤ ਵੀ ਹੋ ਜਾਂਦੀ ਹੈ। ਇਹ ਪਤਾ ਲੱਗਿਆ ਪੂਰਾ ਬੇਅਦਬੀ ਕਰਨ ਦੀ ਇਹ ਕੋਸ਼ਿਸ਼ ਜਾਣ ਬੁੱਝ ਕੇ ਕੀਤੀ ਗਈ ਸੀ। ਗੁਰਮੁਖ ਪਿਆਰਿਓ, ਕਈ ਵੀਰਾਂ ਨੇ ਹਾਲਾਂ ਤੱਕ ਇਹ ਵੀਡੀਓ ਵੀ ਸਾਂਝੀਆਂ ਕੀਤੀਆਂ ਨੇ। ਉਹਨਾਂ ਆਖਿਆ ਕਿ ਇਹ ਬੰਦੇ ਕੁਝ ਜਿਹੜੇ ਨੇ ਇਹ ਹੋਰ ਸਟੇਟਾਂ ਤੋਂ ਆਏ ਹੋਏ ਨੇ, ਯੂਪੀ MP ਦੇ ਇਹ ਵਸਨੀਕ ਨੇ, ਇਹ ਪੰਜਾਬ ਦੇ ਵਿੱਚ ਛੱਡੇ ਹੋਏ ਨੇ। ਹਾਲਾਂ ਇੱਕ ਵੀਡੀਓ ਹੋਰ ਸਾਂਝੀ ਹੁੰਦੀ ਹੈ। ਦੇਖੋ ਹਜੇ ਰਾਤ ਵਾਲੀ ਘਟਨਾ ਜਿਹੜੀ ਹੈ ਉਹ ਠੰਡੀ ਨਹੀਂ ਹੋਈ। ਇੱਧਰੋਂ ਕਪੂਰਥਲਾ ਦੇ ਵਿੱਚ ਇੱਕ ਹੋਰ ਮੰਦਭਾਗੀ ਘਟਨਾ ਜਿਹੜੀ ਹੈ ਵਾਪਰ ਜਾਂਦੀ ਹੈ, ਉਹ ਵੀ ਬੇਅਦਬੀ ਦੀ ਹੈ। ਕੋਈ ਕਹਿੰਦਾ ਹੈ ਉੱਥੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੋਈ। ਚਲੋ ਜਿਸ ਦੀ ਵੀ ਹੋਈ ਤਾਂ ਹੋਈ, ਤਾਂ ਬੇਅਦਬੀ ਹੈ ਨਾ। ਗੁਰੂ ਦੇ ਘਰ ਵਿੱਚ ਹੋਈ, ਗੁਰੂ ਘਰ ਵਿੱਚ ਹੋਈ। ਗੁਰਮੁਖ ਪਿਆਰਿਓ, ਪਹਿਲਾਂ ਵੀ ਮੈਂ ਬੇਨਤੀਆਂ ਕੀਤੀਆਂ ਨੇ ਕਿ ਇਹ ਬੇਅਦਬੀ ਦੇ ਮਸਲੇ, ਇਹ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹਦਾ ਅਸਲ ਕਾਰਨ ਇੱਕ ਇਹ ਵੀ ਹੈ। ਗੁਰਮੁਖ ਪਿਆਰੇ, ਹੁਣ ਥੋੜ੍ਹਾ ਜਿਹਾ ਧਿਆਨ ਦੇ ਕੇ ਸੁਣਿਓ। ਮੈਂ ਬਹੁਤੀ ਲੰਬੀ ਚੌੜੀ ਬੇਨਤੀ ਨਹੀਂ ਕਰਨੀ, ਬਸ ਇੱਕ ਟੁੱਕ ਵਿੱਚ ਹੀ ਸਮਝਣ ਦਾ ਯਤਨ ਕਰਿਓ। ਦਿੱਲੀ ਅੰਦੋਲਨ ਫਤਿਹ ਹੋਇਆ ਅਤੇ ਬਹੁਤ ਵੱਡੀ ਇਤਿਹਾਸਕ ਜਿੱਤ ਹੋਈ ਹੈ। ਬਿਨਾਂ ਹਥਿਆਰਾਂ ਦੇ ਦਿੱਲੀ ਜਿੱਤੀ ਗਈ ਹੈ। ਹਾਕਮ ਦੀਆਂ ਗੋਡਣੀਆਂ ਲਗਵਾ ਦਿੱਤੀਆਂ ਗਈਆਂ ਸਾਡੇ ਏਕੇ ਅਤੇ ਸਵਰ ਨੇ। ਅਤੇ ਗੁਰਮੁਖੋ, ਹੁਣ ਦਿੱਲੀ ਜਿੱਤਣ ਵਾਲਾ ਜਿਹੜਾ ਫੈਸਲਾ ਸੀ ਸਾਡੇ ਵਾਲ ਖੁਸ਼ੀਆਂ ਵਾਲਾ ਹੈ, ਖੁਸ਼ੀਆਂ ਵਾਲਾ ਹੈ, ਆਪਾਂ ਉਹਨੂੰ ਸਮਝੀਏ। ਪਰ ਵੇਖੋ ਜਿੱਥੇ ਹਾਕਮ ਦੀ ਹੁਕਮਰਾਨਾਂ ਦੀ ਹਾਰ ਹੋਈ ਹੈ, ਉਹਨਾਂ ਨੇ ਏਜੰਸੀਆਂ ਤਿਆਰ ਕੀਤੀਆਂ ਨੇ ਅਤੇ ਇਹ ਬੇਅਦਬੀਆਂ ਜਿਹੜੀਆਂ ਨੇ ਚੋਣਾਂ ਤੱਕ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ। ਰੱਬ ਨਾ ਕਰੇ ਕਿ ਸਾਡੇ ਏਰੀਏ, ਸਾਡੇ ਗੁਰਦੁਆਰੇ ਵਿੱਚ ਇਹੋ ਜਿਹੀ ਘਟਨਾ ਵਾਪਰੇ ਅਤੇ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਸੁਚੇਤ ਰਹੀਏ, ਗੁਰੂ ਘਰਾਂ ਦੇ ਵਿੱਚ ਜਾਣ ਆਉਣ ਵੱਧ ਤੋਂ ਵੱਧ ਵਧਾਈਏ। ਗੁਰਮੁਖ ਪਿਆਰਿਓ, ਇਹ ਨਹੀਂ ਵੀ ਇਹ ਭਾਈ ਜੀ ਦਾ ਕੰਮ ਹੈ ਜਾਂ ਸੇਵਾਦਾਰ ਦਾ ਕੰਮ ਹੈ, ਨਹੀਂ ਪਿਆਰਿਓ। ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆਪਣਾ ਮੰਨ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪ੍ਰਤੀ ਸਾਡੇ ਮਨ ਵਿੱਚ ਭੋਰਾ ਰੱਤੀ ਭਰ ਵੀ ਸਤਿਕਾਰ ਹੈ ਸੱਜਣੋ, ਫਿਰ ਮੈਂ ਕਹਿਣਾ ਗੁਰੂ ਘਰ ਦੇ ਵਿੱਚ ਗੇੜਾ ਜ਼ਰੂਰ ਰੱਖਿਓ। ਚੋਣਾਂ ਤੋਂ ਪਹਿਲਾਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਗੁਰਮੁਖੋ, ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਿਫਾਜ਼ਤ ਕਰੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿਹੜੀ ਸ਼ਬਦ ਗੁਰੂ ਹੈ ਸਾਡਾ, ਉਹਦੀ ਬੇਅਦਬੀ ਨਾ ਹੋ ਸਕੇ, ਇਹੋ ਜਿਹੇ ਉਪਰਾਲੇ ਜਿਹੜੇ ਨੇ ਆਪਾਂ ਉਲੀਕਣਾ ਕਰੀਏ। ਗੁਰਮੁਖ ਪਿਆਰਿਓ, ਅਖੀਰ ਸਾਨੂੰ ਇਹ ਸਮਝਣਾ ਪੈਣਾ ਹੈ, ਅਖੀਰ ਸਾਨੂੰ ਇਸ ਗੱਲ 'ਤੇ ਪਹਿਰਾ ਦੇਣ ਦੀ ਲੋੜ ਹੈ ਕਿ ਇਹ ਬੇਅਦਬੀਆਂ ਜਿਹੜੀਆਂ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋ ਰਹੀਆਂ ਨੇ। ਇਹ ਬੇਅਦਬੀਆਂ ਜਿਹੜੀਆਂ ਨੇ, ਰੱਬ ਨਾ ਕਰੇ ਕਿ ਅੱਗੇ ਵੀ ਸਾਡੇ ਸਾਹਮਣੇ ਅਜਿਹੀ ਘਟਨਾ ਆਵੇ, ਪਰ ਏਜੰਸੀਆਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਮਹੀਨੇ ਰੱਖਦਾ ਹੈ, ਦੇਖੋ 16-17 ਘੰਟੇ ਦੇ ਵਿੱਚ ਦੌਰਾਨ ਇਹਦੇ ਵਿੱਚ ਹੀ ਦੋ ਬੇਅਦਬੀਆਂ ਹੋ ਜਾਣੀਆਂ। ਇੱਕ ਤਾਂ ਸਭ ਤੋਂ ਸਿਰਮੌਰ
ਸਾਡਾ ਹਰਿਮੰਦਰ ਸਾਹਿਬ ਜਿਹਨੂੰ ਸਿੱਖਾਂ ਦਾ ਦਿਲ ਵੀ ਕਿਹਾ ਜਾਂਦਾ ਅਤੇ ਉੱਥੇ ਬੇਅਦਬੀ ਹੋ ਜਾਣੀ, ਇਹ ਸਭ ਤੋਂ ਵੱਡੀ ਗੱਲ ਹੈ ਅਤੇ ਆਮ ਗੁਰੂ ਘਰਾਂ ਦੇ ਵਿੱਚ ਕਿਉਂ ਨਹੀਂ ਹੋ ਸਕਦੀ? ਧਿਆਨ ਰੱਖੀਏ, ਸਾਨੂੰ ਧਿਆਨ ਦੇਣ ਦੀ ਲੋੜ ਹੈ। ਗੁਰਮੁਖ ਪਿਆਰਿਓ, ਹਜੇ ਤੱਕ ਸਾਨੂੰ 2015 ਦੀ ਬੇਅਦਬੀ ਦਾ ਜਿਹੜਾ ਇਨਸਾਫ ਸੀ ਨਹੀਂ ਮਿਲ ਪਾਇਆ, ਪਰ ਗੁਰਮੁਖ ਪਿਆਰਿਓ ਹਜੇ ਉਹ ਜ਼ਖਮ ਅੱਲੇ ਨੇ। ਪਰ ਮੈਨੂੰ ਮਾਫ਼ ਕਰਿਓ ਕਿ ਅੱਜ ਸਾਡੇ ਸੀਨੇ ਦੇ ਉੱਪਰ ਇਹ ਹੋਰ ਜ਼ਖਮ ਜਿਹੜੇ ਦਿੱਤੇ ਜਾ ਰਹੇ ਨੇ, ਹਜੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਦਿੱਤੇ ਜਾਣੇ ਨੇ। ਧਿਆਨ ਰੱਖਿਆ ਜੀ, ਸੁਚੇਤ ਹੋਇਆ ਜੀ, ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਆਪਾਂ ਕਿਸੇ 'ਤੇ ਨਾ ਛੱਡੀਏ, ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਆਪ ਸਖਤੀ ਨਾਲ ਪਹਿਰੇ ਵਧਾਈਏ, ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਪਹਿਰੇ ਰੱਖੀਏ। ਪਿਆਰਿਓ, ਸਾਨੂੰ ਲੋੜ ਹੈ ਇਹ ਸਮਝਣ ਦੀ, ਸਾਨੂੰ ਲੋੜ ਹੈ ਇਹ ਗੱਲਾਂ ਨੂੰ ਦੁਹਰਾਉਣ ਦੀ, ਸਾਨੂੰ ਲੋੜ ਹੈ ਕਿ ਇਹਨਾਂ ਗੱਲਾਂ ਦੇ ਉੱਪਰ ਆਪਾਂ ਪਹਿਰੇ ਦੇਈਏ ਅਤੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਵਿਅਦ ਵੀ ਨਾ ਹੋਣ ਦੇਈਏ। ਜੇ ਕਿਤੇ ਸਾਨੂੰ ਕਿਸੇ ਵਿਅਕਤੀ 'ਤੇ ਕੋਈ ਸ਼ੱਕ ਵੀ ਲੱਗਦਾ ਹੈ ਗੁਰਮੁਖ ਪਿਆਰਿਓ, ਤਾਂ ਉਹਨੂੰ ਆਪਾਂ ਮੌਕੇ 'ਤੇ ਕਾਬੂ ਕਰੀਏ। ਦੇਖੋ, ਸੰਗਤੀ ਰੂਪ ਵਿੱਚ ਉਹ ਤੋਂ ਪੁੱਛ ਗਿੱਛ ਕਰੀਏ, ਪੁੱਛੀਏ ਵੀ ਹੋਰ ਕੌਣ ਹੈ ਤੁਹਾਡੇ ਨਾਲ। ਅਗਰ ਕੋਈ ਇਹੋ ਜਿਹੀ ਘਟਨਾ ਸਥਿਤੀ ਵਾਪਰ ਵੀ ਜਾਂਦੀ ਹੈ ਪਿਆਰਿਓ, ਆਪਾਂ ਉਹਨੂੰ ਮੌਕੇ 'ਤੇ ਖਤਮ ਵੀ ਕਰ ਦਿੰਦੇ ਹਾਂ ਅਤੇ ਆਪਣਾ ਜਿਹੜੀ ਜਾਣਕਾਰੀ ਹੈ ਉਹ ਅਧੂਰੀ ਰਹਿ ਜਾਵੇਗੀ। ਪੁੱਛ ਗਿੱਛ ਕਰੋ, ਬਾਅਦ ਵਿੱਚ ਉਹਦੇ ਨਾਲ ਜੋ ਕਰਨਾ ਹੈ ਉਹ ਸੰਗਤੀ ਰੂਪ ਵਿੱਚ ਕੀਤਾ ਜਾਏ, ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਹੋਇਆ ਹੈ। ਗੁਰਮੁਖ ਪਿਆਰਿਓ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ, ਉਹਨਾਂ ਦੇ ਬਚਨਾਂ ਉਹਨਾਂ ਦੇ ਸਪੀਚਾਂ ਨੂੰ ਕਦੇ ਸੁਣਿਆ ਜੇ, ਕਹਿੰਦੇ ਬੇਅਦਬੀ ਕਰਨ ਵਾਲੇ ਨੂੰ ਮੌਕੇ 'ਤੇ ਝਟਕਾ ਦਿੱਤਾ ਜਾਏ, ਆਪਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ, ਵਕੀਲ ਉਹ ਭਾਲਦੇ ਫਿਰਨਗੇ ਕਿ ਅਖੀਰ ਸਾਡੇ 'ਤੇ ਲੱਖ ਲਾਣਤ ਹੈ ਜੇ ਅਸੀਂ ਆਪਣੇ ਪਿਤਾ ਗੁਰੂ ਦੀ ਬੇਅਦਬੀ ਹੀ ਨਾ ਰੋਕ ਸਕੀ। ਦੇਖੋ ਜੀ, ਕਿੰਨੇ ਮਲੂਕ ਬਚਨ ਨੇ, ਕਿੰਨੇ ਹਿਰਦੇ ਨੂੰ ਟੁੰਗ ਦੇਣ ਵਾਲੇ ਬਚਨ ਨੇ ਕਿ ਸਾਡੇ 'ਤੇ ਸਿੱਖ ਅਖਵਾਉਣ 'ਤੇ ਬਹੁਤ ਵੱਡਾ ਇਹ ਇੱਕ ਪਹਿਲੂ ਹੈ, ਕਦਮ ਹੈ ਕਿ ਇੱਕ ਲਾਣਤ ਹੈ ਸਾਡੇ 'ਤੇ ਕਿ ਜੇ ਸਾਡੇ ਹੁੰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੋ ਜਾਏ। ਮੈਂ ਕਹਿੰਦਾ ਸਿੰਘੂ ਬਾਰਡਰ ਦੇ ਉੱਪਰ ਹੋਈ ਬੇਅਦਬੀ ਦਾ ਹਜੇ ਤੱਕ ਸਾਡੇ ਵਿੱਚ ਰੋਹ ਹੈ। ਕਈ ਵੀਰਾਂ ਨੇ ਅੰਗੇਸਟ ਪੋਸਟਾਂ ਵੀ ਪਾਈਆਂ, ਇਹਨਾਂ ਨੇ ਬੰਦਾ ਵੱਢਤਾ ਜੀ, ਇਹਨਾਂ ਨੇ ਇੱਦਾਂ ਕਰਿਆ ਜੀ, ਅਤੇ ਹੁਣ ਜਿਹੜੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਅੰਦਰ ਅਤੇ ਸਿੱਖਾਂ ਦੇ ਦਿਲ ਦੇ ਵਿਚਕਾਰ ਜਿਹੜਾ ਉਹ ਬੇਅਦਬੀ ਕਰਨ ਵਾਲਾ ਆਇਆ ਅਤੇ ਉਹਦਾ ਹਸ਼ਰ ਕੀ ਹੋਣਾ ਚਾਹੀਦਾ ਸੀ, ਉਦੋਂ 'ਤੇ ਵੀਡੀਓ ਤੱਕ ਵੀ ਮੰਗੀਆਂ ਗਈਆਂ ਕਿ ਵੀਡੀਓ ਦਿਓ, ਵੀਡੀਓ ਦਿਓ। ਹੁਣ ਤਾਂ ਸਾਰਾ ਕੁਝ ਸਾਡੇ ਸਾਹਮਣੇ ਹੈ, ਹੁਣ ਉਹਨਾਂ ਦੇ ਮੂੰਹ 'ਤੇ ਕਿਉਂ ਛਿਕਲੀਆਂ ਚੜ ਗਈਆਂ? ਹੁਣ ਕਿਉਂ ਨਹੀਂ ਦਰਅਸਲ ਬੋਲੇ? ਹੁਣ ਕਿਉਂ ਨਹੀਂ ਉਹਨਾਂ ਨੇ ਆਪਣੇ ਸਪਸ਼ਟੀਕਰਨ ਦਿੱਤੇ ਗਏ? ਮੈਨੂੰ ਅੱਜ ਬੜਾ ਅਫਸੋਸ ਹੋਇਆ ਕਿ ਗੁਰਮੁਖ ਪਿਆਰਿਓ, ਕੁਝ ਲੋਕ ਹਜੇ ਵੀ ਦਰਬਾਰ ਸਾਹਿਬ ਦੀ ਹੋਈ ਜਿਹੜੀ ਬੇਅਦਬੀ ਹੈ ਰਾਤ, ਅਤੇ ਕੁਝ ਲੋਕਾਂ ਨੇ ਉਹਦੇ ਖਿਲਾਫ਼ ਜਿਹੜੀਆਂ ਪੋਸਟਾਂ ਪਾਈਆਂ ਨੇ। ਸੋਸ਼ਲ ਮੀਡੀਆ 'ਤੇ ਬੜਾ ਕਲੇਸ਼ ਛਿੜਿਆ ਹੋਇਆ, ਸੋਸ਼ਲ ਮੀਡੀਆ 'ਤੇ ਬੜਾ ਇਸ ਚੀਜ਼ ਦਾ ਰੰਗ ਰੌਲਾ ਚੱਲ ਰਿਹਾ ਕਿ ਜੀ ਤੁਹਾਡੇ ਲਈ ਬੰਦਾ ਮਾਰਨਾ ਖੇਡ ਹੈ, ਤੁਸੀਂ ਬੰਦਾ ਵੱਢਤਾ, ਤੁਸੀਂ ਇਹ ਕਰਤਾ, ਤੁਸੀਂ ਉਹ ਕਰਤਾ। ਨਹੀਂ ਪਿਆਰਿਓ, ਜਿਹੜਾ ਸਾਡੇ ਪਿਤਾ ਦੀ ਦਾੜੀ ਨੂੰ ਹੱਥ ਪਾਏਗਾ, ਜਿਹੜਾ ਸਾਡੇ ਗੁਰੂ ਘਰ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰੂਗਾ, ਮੈਂ ਇੱਥੇ ਸਾਡਾ ਨਹੀਂ, ਮੈਂ ਇੱਥੇ ਆਪਣਾ ਸ਼ਬਦ ਵਰਤਾਂਗਾ। ਗੁਰੂ ਪਿਆਰਿਓ, ਜਿਹੜਾ ਆਪਣੇ ਗੁਰੂ ਘਰ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਮਨਸ਼ਾ ਧਾਰ ਕੇ ਆਏਗਾ, ਉਹਦਾ ਹਸ਼ਰ ਇਹੋ ਹੋਣਾ ਚਾਹੀਦਾ ਹੈ। ਸਾਨੂੰ ਸਮਝਣਾ ਪਏਗਾ। ਗੁਰਮੁਖ ਪਿਆਰਿਓ, ਇਹ ਲੋਕ ਉਹ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆਪਣਾ ਗੁਰੂ ਨਹੀਂ ਮੰਨ ਰਹੇ, ਜਿਹੜੇ ਕਿ ਉਸ ਚੀਜ਼ ਦੇ ਨਾਲ ਸਹਿਮਤ ਨੇ, ਜਿਹੜੇ ਕਹਿੰਦੇ ਨੇ
ਕਿ ਜੀ ਇਹ ਗਲਤ ਹੋਇਆ ਜੀ, ਉਹ ਬੇਅਦਬੀ ਕਰਨੀ ਸੀ ਆਇਆ ਜੀ, ਇੱਦਾਂ ਜੀ ਇੱਦਾਂ, ਪਤਾ ਨਹੀਂ ਕੀ ਕੁਝ ਉਹਨਾਂ ਲੋਕਾਂ ਨੇ ਖਿਲਾਫ ਬੋਲਿਆ ਹੈ। ਸ਼ਰਮ ਆਉਣੀ ਚਾਹੀਦੀ ਹੈ। ਸਾਡੇ ਘਰੇ ਆ ਕੇ ਕੋਈ ਸਾਡੇ ਪਿਓ ਦੀ ਦਾੜੀ ਪੁੱਟ ਜਾਏ, ਸਾਡੇ ਘਰੇ ਆ ਕੇ ਕੋਈ ਸਾਡੇ ਪਿਓ ਨੂੰ ਗਾਲਾਂ ਕੱਢ ਜਾਏ, ਸਾਡੇ ਪਿਓ ਦੇ ਲੱਤਾਂ ਮਾਰ ਜਾਏ, ਅਤੇ ਸਾਡੇ 'ਤੇ ਲੱਖ ਲਾਣਤ ਹੈ ਉਹਦਾ ਪੁੱਤਰ ਕਹਾਉਣ 'ਤੇ ਕਿ ਅਸੀਂ ਖੜ੍ਹੇ ਦੇਖਦੇ ਤਮਾਸ਼ਾ ਵੇਖਦੇ ਰਹੀਏ। ਪਿਆਰਿਓ, ਕਿ ਸਾਨੂੰ ਉਸ ਵੇਲੇ ਕੀ ਸਟੈਪ ਲੈਣਾ ਚਾਹੀਦਾ ਹੈ, ਇਹ ਜਰਾ ਆਪਣੇ ਦਿਲ 'ਤੇ ਹੱਥ ਧਰ ਕੇ ਸੋਚਿਆ ਜੀ, ਸੋਚਿਓ। ਫਿਰ ਵੀ ਸਾਡੇ ਗੁਰੂ ਘਰ ਵਿੱਚ ਆ ਕੇ, ਆਪਣੇ ਗੁਰੂ ਘਰ ਦੇ ਵਿੱਚ ਆ ਕੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਿਤਾ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਉਹ ਗੁਰੂ ਦੀ ਬੇਅਦਬੀ ਕਰ ਦਿੰਦਾ, ਮੰਨ ਲਓ ਕੋਈ ਇਹੋ ਜਿਹੀ ਚੀਜ਼ ਵੀ ਹੁੰਦੀ ਜਾਂ ਗੁਰੂ ਪਾਤਸ਼ਾਹ ਦੇ ਲੱਤ ਤੱਕ ਵੀ ਮਾਰ ਦਿੰਦਾ, ਪਿਆਰਿਓ, ਅਤੇ ਵੇਖੋ ਫਿਰ ਕਿੰਨੀ ਵੱਡੀ ਸਾਡੇ ਦੇ ਉੱਪਰ ਲਾਹਨਤ ਪੈਣੀ ਸੀ। ਹਜੇ ਤਾਂ ਚਲੋ ਆਪ ਹੀ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਇਸ ਚੀਜ਼ ਨੂੰ ਰੱਖ ਲਿਆ, ਚਲੋ ਉਹ ਦੁਸ਼ਟ ਨੂੰ ਸੋਧਾ ਲੱਗ ਗਿਆ, ਚਲੋ ਵੱਖਰੀ ਗੱਲ ਹੈ। ਪਰ ਅੱਗੇ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸੋਚੀਏ, ਸਮਝੀਏ, ਵਿਚਾਰੀਏ ਕਿ ਅੱਗੇ ਤੋਂ ਇਹ ਚੀਜ਼ ਜਿਹੜੀ ਹੈ ਆਪੋ ਆਪਣੇ ਗੁਰੂ ਘਰਾਂ ਦੇ ਦੌਰਾਨ ਜੋ ਨੇੜੇ ਪੈਂਦੇ ਨੇ ਸੰਗਤੀ ਰੂਪ ਵਿੱਚ ਪਹਿਰੇ ਦੇਈਏ, ਗੁਰੂ ਘਰ ਜਾਣ ਆਉਣ ਵੱਧ ਤੋਂ ਵੱਧ ਵਧਾਈਏ, ਮੱਥਾ ਟੇਕ ਕੇ ਆਈਏ, ਨਾਲੇ ਨਿਗਰਾਨੀ ਕਰੀਏ ਵੀ ਕੋਈ ਇਹੋ ਜਿਹਾ ਸ਼ਰਾਰਤੀ ਅਨਸਰ ਤਾਂ ਨਹੀਂ ਸਾਨੂੰ ਦਿਸ ਰਿਹਾ। ਪਿਆਰਿਓ, ਸਾਡਾ ਫਰਜ਼ ਬਣਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਰੱਬ ਨਾ ਕਰੇ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਨ। ਸਤਿਗੁਰੂ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਜਿਹੜੇ ਲੋਕ ਦੁਸ਼ਟ ਬੁੱਧੀ ਵਾਲੇ ਨੇ ਉਹਨਾਂ ਨੂੰ ਸਮਰਥ ਬਖਸ਼ਣ, ਇਹੋ ਜਿਹੀਆਂ ਘਟਨਾਵਾਂ ਇਹੋ ਜਿਹੀਆਂ ਬੇਅਦਬੀਆਂ ਰੁਕ ਜਾਣ, ਪਾਤਸ਼ਾਹ ਦੀ ਰਹਿਮਤ ਵਰਤੇ ਕਿ ਸਾਨੂੰ ਅਜਿਹਾ ਕੁਝ ਨਾ ਕਰਨਾ ਪਏ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਆਪ ਹੀ ਸੁਚੇਤ ਹੋਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਾਰ ਸੰਗਤ ਫਤਿਹ ਕਰੋ, ਪ੍ਰਵਾਨ ਬੁਲਾਓ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।